ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰੀ ਫਿਰ ਹਾਜ਼ਰ ਹਾਂ, ਜਸਮੀਤ ਭਾਟੀਆ ਜੀ ਸਾਡੇ ਨਾਲ ਮੌਜੂਦ ਨੇ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜਸਮੀਤ ਜੀ। ਵਿਸ਼ਾ ਬੜਾ ਮਹੱਤਵਪੂਰਨ ਹੈ। 3-4 ਮਹੀਨੇ ਪਹਿਲਾਂ ਕਿਹਾ ਜਾਂਦਾ ਸੀ ਕਿ ਕੈਨੇਡਾ 'ਚ ਸੀਟ ਨਹੀਂ ਮਿਲਣੀ, ਬੱਚੇ ਡਰ ਗਏ ਸੀ। ਹੁਣ ਕਹਿੰਦੇ ਹਰ ਸੂਬੇ 'ਚ ਹੀ ਸੀਟਾਂ ਪਈਆਂ ਨੇ ਔਰ ਸਪਟੰਬਰ ਇੰਟੇਕ ਦੀਆਂ ਸੀਟਾਂ ਵੀ ਪਈਆਂ ਨੇ। ਇਹਦਾ ਕਾਰਨ ਕੀ ਹੈ? ਕੀ ਸਟੂਡੈਂਟ ਜਾਣਾ ਨਹੀਂ ਚਾਹੁੰਦੇ ਜਾਂ ਸਟੂਡੈਂਟ ਸਿਆਣੇ ਹੋ ਗਏ, ਸਿਰਫ ਪੜ੍ਹਨ ਲਿਖਣ ਵਾਲੇ ਸਟੂਡੈਂਟ ਹੀ ਸਾਡੇ ਜਾ ਰਹੇ ਨੇ? ਨਹੀਂ ਸਰ, ਇਹਦੇ 'ਚ ਤੁਸੀਂ ਥੋੜ੍ਹਾ ਜਿਹਾ ਮੈਨੂੰ ਕਰੈਕਟ ਕਰਨਾ ਚਾਹਾਂਗਾ। ਦੇਖੋ, ਅਲਬਰਟਾ 'ਚ ਸੀਟ ਬਹੁਤ ਹੀ ਮੁਸ਼ਕਲ ਹੈ। ਅਲਬਰਟਾ 'ਚ ਇੱਕ ਅੱਧਾ ਕਾਲਜ ਹੀ ਤੁਹਾਨੂੰ ਜਨਵਰੀ ਇੰਟੇਕ ਦੀ ਸੀਟ ਦੇ ਸਕਦਾ। ਅੱਛਾ, ਸਪਟੰਬਰ ਅਲਬਰਟਾ 'ਚ ਸਪਟੰਬਰ ਇਜ਼ ਕਲੋਜ਼। ਫਿਰ ਅਸੀਂ ਗੱਲ ਕਰ ਲੈਂਦੇ ਹਾਂ ਨਿਊ ਬਰੂਨਜ਼ਵਿਕ ਕਮਿਊਨਿਟੀ ਕਾਲਜ ਇਜ਼ ਕਲੋਜ਼ਡ। ਹੋਰ ਵੀ ਜਿੰਨੇ ਕਮਿਊਨਿਟੀ ਕਾਲਜਿਸ ਹੈ ਦੇ ਆਰ ਆਲ ਕਲੋਜ਼ਡ ਅਨਟਿਲ ਸਪਟੰਬਰ। ਜਨਵਰੀ 'ਚ 2-4 ਪ੍ਰੋਗਰਾਮ ਓਪਨ ਹੈਗੇ ਆ। ਇਹੀ ਅਸੀਂ ਗੱਲ ਕਰ ਲੈਂਦੇ ਹਾਂ ਤਾਂ ਕਿ ਬ੍ਰਿਟਿਸ਼ ਕੋਲੰਬੀਆ 'ਚ ਦੇਰ ਆਰ ਸਮ ਸੀਟਸ ਅਵੇਲੇਬਲ, ਰਜਾਈਨਾ 'ਚ ਦੇਰ ਆਰ ਸਮ ਸੀਟਸ ਅਵੇਲੇਬਲ, ਮਿਸ ਸਸਕੈਚੁਅਨ 'ਚ ਦੇਰ ਆਰ ਸਮ ਸੀਟਸ ਅਵੇਲੇਬਲ, ਉਨਟਾਰੀਓ 'ਚ ਯੈਸ ਕੁਛ ਕਾਲਜਿਸ ਦੇ ਪਰਸਨਲ ਸਪੋਰਟ ਵਰਕਰ, ਅਰਲੀ ਚਾਈਲਡਹੁੱਡ ਐਜੂਕੇਸ਼ਨ ਵਰਗੇ ਜਿਹੜੇ ਪ੍ਰੋਗਰਾਮਸ ਆ ਬਹੁਤ ਜਲਦੀ ਖਤਮ ਹੋ ਰਹੇ ਨੇ। ਬਟ ਕੀ ਕਹਿੰਦੇ ਆ, ਦੇਰ ਆਰ ਸਮ ਕਾਲਜਿਸ 'ਚ ਜਿਹੜੀਆਂ ਸੀਟਸ ਅਵੇਲੇਬਲ ਇਸ ਟਾਈਮ 'ਤੇ ਸਪਟੰਬਰ ਇਨਟੇਕ ਦੀਆਂ ਹੈਗੀਆਂ। ਸੋ ਉਹਦੇ 'ਚ ਇਹ ਹੋ ਗਿਆ ਕਿ ਬੱਚਾ ਥੋੜ੍ਹਾ ਜਿਹਾ ਚੂਜ਼ੀ ਹੋ ਗਿਆ, ਬੱਚਾ ਦੇਖ ਰਿਹਾ ਕਿ ਮੈਨੂੰ ਹੁਣ ਇਸ ਪ੍ਰੋਵਿੰਸ 'ਚ ਜਾਣਾ ਚਾਹੀਦਾ। ਸੋ ਸਟੂਡੈਂਟ, ਮੈਂ ਕਹਿਣਾ ਚਾਹਾਂਗਾ ਇਸ ਟਾਈਮ 'ਤੇ ਅਲਬਰਟਾ ਜਾਣਾ ਵੀ ਰਿਸਕੀ ਹੈ। ਤੁਸੀਂ ਸਸਕੈਚੁਅਨ ਦੇਖੋ, ਤੁਸੀਂ ਨਿਊ ਬਰੂਨਜ਼ਵਿਕ 'ਚ ਯੂਨੀਵਰਸਿਟੀ ਆਫ ਨਿਊ ਬਰੂਨਜ਼ਵਿਕ ਦੇਖੋ, ਇਸ ਤੋਂ ਇਲਾਵਾ ਨੋਵਾ ਸਕੋਸ਼ੀਆ ਸੇਂਟ ਫਰਾਂਸਿਸ ਜ਼ੇਵੀਅਰ ਯੂਨੀਵਰਸਿਟੀ ਦੇਖੋ, ਅਕਾਡੀਆ ਯੂਨੀਵਰਸਿਟੀ, ਮਾਊਂਟ ਸੇਂਟ ਇਨਸੈਂਟ ਯੂਨੀਵਰਸਿਟੀ ਦੇਖੋ, ਇਸ ਤੋਂ ਇਲਾਵਾ UNBC ਪ੍ਰਿੰਸ ਜੋਰਜ ਯੂਨੀਵਰਸਿਟੀ ਆਫ ਨੌਰਥ ਬ੍ਰਿਟਿਸ਼ ਕੋਲੰਬੀਆ ਦੇਖੋ। ਯੂਨੀਵਰਸਿਟੀ ਵੱਲ ਥੋੜ੍ਹਾ ਜਿਹਾ ਸਾਨੂੰ ਆਪਣਾ ਰੁੱਖ ਕਰਨਾ ਪੈਣਾ। ਮੇਰੀ ਬੱਚਿਆਂ ਨੂੰ ਇਹ ਐਡਵਾਈਸ ਹੈ। ਹੁਣ ਆਪਾਂ ਕੈਨੇਡਾ ਜਾਂਦੇ ਹਾਂ, ਜਦੋਂ ਅਸੀਂ ਕਿਸੇ ਹੋਰ ਕੰਟਰੀ ਜਾਂਦੇ ਹਾਂ, ਸਪੋਜ਼ ਅੱਜ ਤੁਸੀਂ ਕਹਿੰਦੇ ਹੋ ਆਸਟ੍ਰੇਲੀਆ ਜਾਣਾ, ਆਸਟ੍ਰੇਲੀਆ 'ਚ ਕਮਾਈ ਹੈ, ਅੱਜ ਦਾ ਵਾਕਿਆ ਦੱਸ ਦਿੰਦਾ, 3 ਬੱਚੇ ਆਸਟ੍ਰੇਲੀਆ 'ਚ ਅਪਲਾਈ ਕਰਦੇ ਆ BSc ਨਰਸਿੰਗ 'ਚ, 94% ਬੱਚਿਆਂ ਦੇ ਨੰਬਰ ਹੈ, 7-7 ਬੈਂਡ ਹੈ, ਔਰ ਕੀ ਕਹਿੰਦੇ ਆ ਬੱਚਿਆਂ ਨੂੰ ਕੀ ਕਹਿੰਦੇ BSc ਨਰਸਿੰਗ 'ਚ ਐਡਮਿਸ਼ਨ ਦਿੱਤੀ ਜਾਂਦੀ ਹੈ ਫੈਬਰਰੀ 'ਚ। ਬੱਚੇ 23 ਪਾਸ ਆਊਟ ਹੈਗੇ ਆ, 11 ਦਸੰਬਰ ਨੂੰ ਬੱਚਿਆਂ ਦੀ ਫਾਈਲ ਲੱਗਦੀ ਹੈ, ਔਰ ਕੀ ਕਹਿੰਦੇ ਆ ਅੰਬੈਸੀ ਕਹਿੰਦੀ ਹੈ ਕਿ ਅੱਜ ਤੱਕ ਕੋਈ ਰਿਜ਼ਲਟ ਨਹੀਂ ਆਇਆ ਜੀ। 6 ਮਹੀਨੇ ਹੋ ਗਏ ਬੱਚਿਆਂ ਦਾ ਕੋਈ ਰਿਜ਼ਲਟ ਨਹੀਂ ਆ। 2 ਬੱਚੇ ਹਰਿਆਣਾ ਦੇ ਆ, 1 ਬੱਚਾ ਪੰਜਾਬ ਦਾ। ਹੁਣ ਸਟੂਡੈਂਟਸ ਕੀ ਕਹਿੰਦੇ ਕੀ ਕਰਨ? ਅੰਬੈਸੀ ਨਵੀਂ CO ਹੀ ਮੰਗਦੀ ਹੈ, ਕਿਉਂਕਿ ਉਹਨਾਂ ਨੇ ਯੂਨੀਵਰਸਿਟੀ ਨੂੰ ਕਿਹਾ ਕਿ ਮੈਨੂੰ ਨਹੀਂ ਨਵੀਂ CO ਹੀ ਦੇ ਦਿਉ, ਕਿਉਂਕਿ ਅੰਬੈਸੀ ਤੋਂ ਰਿਜ਼ਲਟ ਨਹੀਂ ਆ ਰਿਹਾ, ਫੈਬਰੀ ਇਨਟੇਕ ਤਾਂ ਕਰਦਾ ਨਿਕਲ ਗਿਆ। ਯੂਨੀਵਰਸਿਟੀ ਕਹਿੰਦੀ ਹੈ ਕਿਉਂਕਿ ਬੇਟਾ ਤੁਹਾਡਾ ਗੈਪ ਵੱਧ ਗਿਆ, ਵੀ ਕੈਨ ਨੋਟ ਇਸ਼ੂ ਯੂ ਨੈਕਸਟ CO ਹੀ। ਸੋ ਕੀ ਕਹਿੰਦੇ ਆ ਕੀ ਕਹਿੰਦੇ ਹੁਣ ਬੱਚੇ ਫਸ ਗਏ, ਬੱਚਿਆਂ ਨੇ ਯੂਨੀਵਰਸਿਟੀ ਤੋਂ ਵੀ ਫੀਸ ਰਿਫੰਡ ਲੈ ਲਈ ਔਰ ਆਪਣਾ ਕੇਸ ਵੀ ਵਿਦਡਰਾਅ ਕਰ ਲਿਆ। ਹੁਣ ਅਸੀਂ ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਪਾਂ ਆਹ ਸਾਰਾ ਕੁਛ ਕਰਨ ਨੂੰ ਤਿਆਰ ਹਾਂ, ਬਟ ਆਪਾਂ ਕੈਨੇਡਾ 'ਚ ਬੈਚਲਰ ਡਿਗਰੀ ਕਰਨ ਨੂੰ ਤਿਆਰ ਨਹੀਂ ਹੈਗੇ। ਸੋ ਸਟੂਡੈਂਟ, ਅਸੀਂ ਕੰਪੇਅਰ ਕਰੀਏ ਆਪਾਂ ਆਸਟ੍ਰੇਲੀਆ ਨੂੰ, ਜਦੋਂ ਆਪਾਂ ਕੈਨੇਡਾ ਨਾਲ ਕੰਪੇਅਰ ਕਰਦੇ ਹਾਂ, ਮੇਰੇ ਤੋਂ ਲਿਖਾ ਕੇ ਲੈ ਲਓ ਕਿ ਜੇ ਤੁਸੀਂ ਬੈਚਲਰ ਡਿਗਰੀ ਕੈਨੇਡਾ 'ਚ ਕਰੋਗੇ ਤਾਂ ਸਾਡੇ ਕੋਲ 7 ਸਾਲ ਹੈ। 7 ਸਾਲ ਦੇ ਦੌਰਾਨ ਜੇ ਤੁਹਾਨੂੰ ਕੈਨੇਡੀਅਨ ਪਾਸਪੋਰਟ ਨਹੀਂ ਮਿਲਿਆ ਤਾਂ ਕੀ ਕਹਿੰਦੇ ਆ ਕੈਨੇਡਾ ਜਾ ਕੇ ਬਹੁਤ ਵਧੀਆ ਫਾਇਦਾ ਹੈਗਾ। ਬਟ ਜੇ ਅਸੀਂ ਆਸਟ੍ਰੇਲੀਆ ਨਾਲ ਕੰਪੇਅਰ ਕਰੀਏ, 7 ਸਾਲਾਂ 'ਚ ਪਾਸਪੋਰਟ ਮਿਲਣਾ ਇੰਪੋਸੀਬਲ ਹੈ, ਇੰਪੋਸੀਬਲ। ਔਰ ਪਹਿਲੀ ਗੱਲ ਤਾਂ ਅੱਜ ਦੀ ਡੇਟ 'ਚ ਵੀਜ਼ਾ ਲੈਣਾ ਹੀ ਇੰਪੋਸੀਬਲ ਹੋਇਆ ਹੋਇਆ। ਸੋ ਜਿਹੜੇ ਮੇਰੇ ਕੋਲ ਚੰਗੇ ਚੰਗੇ ਬੱਚੇ ਆ, ਮੈਂ ਹੁਣ ਉਹਨਾਂ 3 ਬੱਚਿਆਂ ਨੂੰ ਨਿਊ ਬਰੂਨਜ਼ਵਿਕ ਗਾਈਡ ਕੀਤਾ। ਯੂਨੀਵਰਸਿਟੀ ਆਫ ਨਿਊ ਬਰੂਨਜ਼ਵਿਕ ਦੇ ਸਾਡੇ ਸੈਮੀਨਾਰ 'ਚ ਵੀ ਹਿੱਸਾ ਲੈ ਰਹੇ ਨੇ ਨੁਮਾਇੰਦੇ। ਸੋ ਨਿਊ ਬਰੂਨਜ਼ਵਿਕ 'ਚ ਤੁਹਾਨੂੰ ਪਤਾ, ਜੇ ਆਪਾਂ ਗ੍ਰੈਜੂਏਸ਼ਨ ਕਰਨੇ ਹਾਂ ਤਾਂ ਵੀ ਆਰ ਐਲੀਜੀਬਲ ਟੂ ਅਪਲਾਈ ਫੋਰ PR, ਸਾਨੂੰ ਸਿਰਫ ਇੱਕ ਜੋਬ ਚਾਹੀਦੀ ਹੈ। ਸਸਕੈਚੁਅਨ 'ਚ ਵੀ ਵੀ ਆਰ ਐਲੀਜੀਬਲ ਟੂ ਅਪਲਾਈ ਫੋਰ PR। ਸੋ ਸਟੂਡੈਂਟ, ਸਾਨੂੰ ਇਹ ਚੀਜ਼ 'ਤੇ ਥੋੜ੍ਹਾ ਜਿਹਾ ਫੋਕਸ ਬਣਾਉਣਾ ਪੈਣਾ ਹੈ। ਸਾਨੂੰ ਨਵੀਆਂ ਕੀ ਕਹਿੰਦੇ ਜਿਹੜੀਆਂ ਯੂਨੀਵਰਸਿਟੀਜ਼ ਹੈ, ਬੈਚਲਰ ਡਿਗਰੀ 'ਤੇ ਫੋਕਸ ਕਰਨਾ ਪੈਣਾ ਹੈ। ਔਰ ਬੈਚਲਰ ਡਿਗਰੀ ਜੇ ਅਸੀਂ ਕਰਦੇ ਹਾਂ ਤਾਂ PR ਲੈਣੇ ਵੀ ਆਸਾਨ ਹੋ ਜਾਣੀ ਹੈ।
ਈਵਨ ਡਿਪਲੋਮਾਸ ਜੇ ਕਰਦੇ ਹਾਂ ਤਾਂ ਆਰ ਐਨ ਆਈ ਪੀ ਏ ਆਈ ਪੀ ਪੀ ਵਰਗੇ ਪਲਾਨਸ ਨੂੰ ਸਾਨੂੰ ਦੇਖਣਾ ਪੈਣਾ। ਸੋ ਸਟੂਡੈਂਟਸ, ਦਿਸ ਇਜ਼ ਦ ਸਨੈਰੀਓ। ਜੇ ਤੁਸੀਂ ਕੰਪੇਅਰ ਕਰਦੇ ਹਾਂ ਕੈਨੇਡਾ ਨੂੰ ਆਸਟ੍ਰੇਲੀਆ ਦੇ ਨਾਲ, ਤਾਂ ਆਸਟ੍ਰੇਲੀਆ ਬਹੁਤ ਵਧੀਆ ਡੈਸਟੀਨੇਸ਼ਨ ਹੈ ਅੱਜ ਦੀ ਡੇਟ 'ਚ ਅਸੀਂ ਕਹੀਏ ਤਾਂ। ਪਰ ਨੌਰਥ ਇੰਡੀਅਨ ਬੱਚਿਆਂ ਨੂੰ ਬਹੁਤ ਘੱਟ ਵੀਜ਼ਾ ਮਿਲ ਰਿਹਾ। ਜੇ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਵੀ ਕੈਨ ਅਪਲਾਈ ਫੋਰ ਆਸਟ੍ਰੇਲੀਆ ਆਲਸੋ। ਬਟ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਕਹਾਂਗਾ ਕਿ ਆਪਾਂ ਕੈਨੇਡਾ 'ਚ ਜਾ ਕੇ ਬੈਚਲਰ ਡਿਗਰੀ 'ਤੇ ਥੋੜ੍ਹਾ ਜਿਹਾ ਫੋਕਸ ਕਰੀਏ। ਬਿਲਕੁਲ ਜੀ। ਸੋ ਆਸਟ੍ਰੇਲੀਆ ਦੀ ਜਗ੍ਹਾ ਅਗਰ ਕੈਨੇਡਾ 'ਚ ਸਟੂਡੈਂਟ ਸਾਡੇ ਡਿਗਰੀ ਕਰਨ ਤਾਂ ਉਹਦੇ ਬੈਨੀਫਿਟ ਆ ਜਿਹੜੇ ਉਹ ਬੜੇ ਚੰਗੀ ਤਰ੍ਹਾਂ ਜਸਮੀਤ ਜੀ ਨੇ ਸਾਨੂੰ ਸਮਝਾਏ ਨੇ। ਸੋ ਬਹੁਤ ਸਾਰੇ ਸਪਟੰਬਰ ਇਨਟੇਕ ਲਈ ਕਾਲਜ ਵੀ ਖੁੱਲ੍ਹੇ ਹੋਏ ਨੇ। ਜਸਮੀਤ ਜੀ ਨੇ ਪੂਰੀ ਕਲੈਰਿਟੀ ਸਾਨੂੰ ਇਸ ਟੋਪਿਕ 'ਤੇ ਦਿੱਤੀ ਹੈ। 90413 90412 ਤੁਰੰਤ ਤੁਸੀਂ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।